ਜਵਾਨ ਬੱਬਰ ਸਿੰਘ ਦੀ ਗੱਲ। ਸੰਗਤ ਲੂਏ ਪਾਰ ਦੀ ਵੀਡੀਓ ਚੈੱਕ ਕਰੇ ਸੋ ਬਾਈ ਜਨ, ਕੱਲ ਸਵੇਰੇ ਮੈਂ ਵਸੀਰ ਸਾਰਾ ਸਦੀਗਣਾ, ਮੈਂ ਸਦੀਗਣਾ ਸੱਤ ਟਰਾਲੀਆਂ ਪਹਿਲੇ ਸੁਣ ਗਏ। ਮੇਰੀ ਗੱਲ ਸੁਣ, ਬੋਲਣਾ ਸੱਤ ਟਰਾਲੀਆਂ ਸਦੀਗਣਾ, ਤੂੰ ਪਸੰਦ ਸਦੀਗਣਾ ਮੇਰੇ ਜਿਤਨੇ ਅਵਾਰੇ ਲਿਬੰਗੇ ਯਾਰ ਦੋਸਤ ਸਾਰੇ ਇਨਵਾਈਟ ਕੀਤਾ। ਸਵੇਰੇ ਮੈਂ ਇੱਥੋਂ ਕਹਿੰਦੇ ਗੱਜਾਂ ਭਰੇ ਦਾ ਪਿਆ, ਆਪਣੇ ਡਾਲੇ ਭਰੇ ਦਾ ਪਿਆ, ਇੱਥੋਂ ਕਹਿੰਦੇ ਮਾਸ਼ਾਅੱਲਾ ਢੋਲ ਢਮਕਿਆ ਨਾਲ ਪਤੀਲੇ ਨਾਲ ਜਾਦੀ ਵਜੇ ਚਾਵਲੀ ਨਾਲ ਜਾਦੀ ਵਜੇ ਤੂੰ ਖਾਂਡੀ ਨਹੀਂ ਵਜੋ। ਜਵਾਨ ਕਹਿਣਾ ਚੌਕ ਫਰੇਸ਼ ਵਾਲੇ ਸਮਝ ਆਉਂਦੀ ਪੀ ਏ, ਤੂੰ ਖੇਡਣਾ ਸਾਰਿਆਂ ਕੋ, ਤੇਰੀ ਔਕਾਤ ਦਾ ਸਾਰਿਆਂ ਕੋ ਪਤਾ ਇਹ ਪਿਆ ਤੂੰ ਹੁਣ ਤੋਂ ਨਿਕਲਣਾ ਰਹਿ ਗਈ ਖੱਸੀ ਬੰਜਣ ਦਾ ਇਲਾਜ ਸਮਝ ਆਉਂਦੀ ਪੀ ਏ, ਖੱਸੀ ਬੰਜਣਾ ਤੇਰਾ ਵਾਸਤਾ ਏ। ਸਾਰੇ ਜਵਾਨ ਇਹ ਨਿਕਾਲ ਸਾਰੇ ਹੀ ਕੋ ਸਾਰੇ ਤੇਰੀ ਇੰਤਜ਼ਾਰ ਕਰਨ ਸਾਰਾ ਤੇਰੀ ਤੂੰ ਮੈਂ ਕੁਛ ਆਲਾ ਇਹ ਸਖਤਿਆ ਚਾਹਾਂ ਮਾਨਵਨ ਟੂਟੂ ਗਿਰ ਅਗਰ ਤੂੰ ਪਿਉ ਦਾ ਹੈ ਤੇ ਆ ਅਗਰ ਤੂੰ ਆਪੇ ਲੋਕੇਸ਼ਨ ਦੇ ਸ਼ੋਜਾਬਾਦ ਵਿੱਚ ਅਗਰ ਅਸਾਂ ਨਾ ਆਉਂ ਤੂੰ ਆ ਕੇ ਜਵਾਨ ਕਰਨ ਆਵੇ ਮਾਨਵਨ ਟੂਟੂ ਗਿਰ ਤੇ ਪਾੜਾ ਤੇਰਾ ਸਾਰਾ ਮੈਂ ਪਤਾ ਕਰ ਕੇ ਦੇ ਮੈਂ ਵਸੇਬ ਦਾ ਨੌਕਰ ਚੀਫ ਆਫ ਰਹੀ ਇਹ ਗਰੰਟੀ ਤੇ ਸ਼ੋਲਟੀ ਨਾਲ ਆਲਾ ਪਿਆ ਤੂੰ ਕੋਈ ਖਾਨਦਾਨੀ ਹਕੀਮ ਕਹਿਣੇ ਤੂੰ ਚਾਚੇ ਖੁਦਾ ਭਾਈ ਤਾਂ ਪੁੱਤਰੇ ਜਿਹੜਾ ਸਾਰੀ ਜਮਾਰ ਪਲਵਾਨ ਦੇ ਕੱਚੇ ਚਈ ਬਦਾਰਾਂ ਦਾ ਆਈ ਸਾਰਾ ਦਿਨ ਪਲਵਾਨ ਲੜੇ ਲਾਈ ਕੋਈ ਤੂੰ ਸੱਠ ਮੁਰੱਬੇ ਵਾਲੀ ਮਿਦਾਰ ਕਹਿਣੇ ਤੂੰ ਕੋਈ ਗੋਦਾ ਕਹਿਣੇ ਟਿਕ ਟਾਕ ਤੇ ਪੋਚੂ ਨਾ ਬੰਦੀ ਕਰ ਜੋ ਮੈਂ ਵਧਾ ਗੋਦਾ ਤੇ ਵਧਾ ਮੈਂ ਸੱਠ ਮੁਰੱਬੇ ਜ਼ਿਮੀਦਾਰ ਹਾਂ ਤੇ ਤਰਾਏ ਮੁਰੱਬੇ ਮੈਂ ਵੇਚੀ ਵਧਾ ਆ ਜਬਰੀ ਪਤਾ ਕਰ ਤੇਰੇ ਕੋਲ ਥੋੜੀ ਜ਼ਮੀਨ ਮੈਂ ਵੇਚੀ ਵਧਾ ਤੂੰ ਵਧਾ ਗੋਦਾ ਹੈ ਤੇਰਾ ਮੈਂ ਪਤਾ ਲਗਾ ਖੜੇ ਇਹ ਵਿਆਗਰਾ ਪਿਆਗਰਾ ਰਗੜ ਮਗੜ ਕੇ ਗੋਲਖਾਂ ਦੇ ਰਲਾ ਕੇ ਲੋਕਾਂ ਦੇ ਗੁਰਦੇ ਫੇਲ ਕੀਤੇ ਰੱਖ ਜਿਹੜਾ ਤੇਰਾ ਕੰਮ ਹੈ। ਸੁਣ ਬਈ ਚੀਫ ਆਫ ਰਹੀ ਸ਼ਹਿਜ਼ਾਦ ਫਰਾਮ ਚੌਕ ਕੁਰੇਸ਼ੀ ਤੂੰ ਹੈ ਰੱਸਾਗੀਰ ਚੋਰਾਂ ਦਾ ਸਰਦਾਰ ਹੈ ਤੂੰ ਮਜ਼ਰ ਸਨਾਵੇਂ ਵਾਲਾ ਜਿਹੜਾ 15 ਲੱਖ ਦੀ ਠੱਗੀ ਮੇਰੇ ਕੋ ਕਰ ਗਏ ਤੂੰ ਫੰਨਾਵੇਂ ਤੈ ਕੇ ਜਮਸ਼ੇਦ ਦਸਤੀ ਸਾਡਾ ਅੱਬਾ ਲੱਗਦੇ ਉਹਦਾ ਵਾਸਤਾ ਹੀ ਵੀ ਮਿਹਰਬਾਨੀ ਕਰ ਚਾ 24 ਤਰੀਕ ਤੱਕ ਦਾ ਟਾਈਮ ਡੇ ਤੈ ਜਮਸ਼ੇਦ ਦਸਤੀ ਦਾ ਮੇਰੇ ਕੋ ਸਿਰਫ ਨਾਂ ਕੀਤਾ ਮੈਂ ਕਿਹਾ 1-24 ਤਰੀਕ ਹੈ ਤੈ ਮੇਰਾ ਕੰਮ ਸਿੱਧਾ ਕਰ ਦਿੱਤਾ ਹੁਣ ਤੂੰ ਮੇਰੇ ਕੋ ਬਬਕਿਆਂ ਖੜਾ ਦੇਨੇ ਗਿੱਦੜ ਬਬਕਿਆਂ ਬਈ ਤੂੰ ਚਨਾਬ ਦਰਿਆ ਕਹਿਣਾ ਟਪਸੇ ਮੈਂ ਚਨਾਬ ਦਰਿਆ ਹੀ ਟਪਸਾਂ ਮੈਂ ਤੇਰੇ ਕੋਲ ਆਂਦਾ ਪਿਆਂ ਲੇਕਿਨ ਤੈਂ ਮੇਰਾ ਮਸਲਾ ਹੱਲ ਕਰ ਦਿੱਤੇ ਅੱਗੇ ਮੈਂ ਆਂਦਾ ਪਿਆਂ ਮੈਂ ਆਪਣੇ ਸੱਜਣਾ ਦੋਸਤਾਂ ਬੀਆਂ ਦੇ ਨਾਲ ਹੁਣ ਮੈਂ ਜਿਹੜੇ ਵੇਲੇ ਆਸਾਂ ਤੇਰਾ ਅੱਬਾ ਜਮਸ਼ੇਦ ਦਸਤੀ ਨਾਲ ਘਿਣ ਕੇ ਆਸਾਂ ਮੈਂ ਦੇਖ ਸਾਂ ਤੂੰ ਕੋ ਆਪਣੇ ਬੂਹੇ ਤੋਂ ਖਾਲੀ ਕਿਵੇਂ ਉੱਠੇ ਨੇ ਜਮਸ਼ੇਦ ਦਸਤੀ ਗਰੀਬਾਂ ਦਾ ਹਮਦਰਦ ਏ ਹਰ ਫੈਕਟਰੀ ਦਾ ਬੂਹਾ ਮੱਲੀ ਖੜੇ ਜਿਹੜੇ ਗਰੀਬ ਕੋ ਤਨਖਾਹ ਨਹੀਂ ਮਿਲਦੀ ਉਹ ਘਿਣ ਕੇ ਦਿੰਦੇ ਜਿਹਦੇ ਮਸਾਇਲ ਜਮਸ਼ੇਦ ਦਸਤੀ ਹੱਲ ਕਰੇਂਦੇ ਮੇਰਾ ਮਸਲਾ ਹੱਲ ਕਹਿਣਾ ਸੀ ਤੇ ਕੋ ਲੱਗਦੇ ਤੁਸੀਂ 15 ਲੱਖ ਰੁਪਇਆ ਖਾ ਵੇ ਸੋ ਅਗਰ ਤੇ ਆਪਣੀ ਮਾਂ ਦਾ ਖੀਰ ਪੀਤੇ ਨਾ ਹੁਣ ਤੂੰ 15 ਲੱਖ ਹਜ਼ਮ ਕਰਕੇ ਦਿਖਾਵੇ ਤੇਰੇ ਕੋਲ ਮੈਂ ਆਸਾਂ ਜਮਸ਼ੇਦ ਅਹਿਮਦ ਦਸਤੀ ਕੋ ਨਾਲ ਗਿਣ ਕੇ ਆਸਾਂ ਬੰਦ ਕਰ।